એ ગાઈસ, ગુડ મોર્નિંગ, સ્વાગત છે સોડા. આજ ને નવી બ્લોગ દેવા છે. તે હરને ચા બનાવી છે. ચા પીને લેટ ગઈ. તે હરને ચા બનાવી છે. નાની લાઈટ ચડી ગઈ. તે ચા બહુ દેખણ છે તો ટેસ્ટી લાગ રહી છે. તે મેં દુકાન તે દુકાન વાળા મને ગઈ નહીં. પછી ઘરે આવતા કાલે પેપર આ. આજે હોલીડે આ ગયા. ક્યુ અજ કે અજ ગુડ ફ્રાઈડે આ સારા નું. ਉਹਨਾਂ ਦਾ ਫਰਾਈਡੇ ਉਹਨਾਂ ਦਾ ਸ਼ਰਟ ਸਾਰਿਆਂ ਦਾ ਵਧੀਆ ਲੰਘੇ. ਹੋਪ ਕਰਨਾ ਮੈਂ ਅਤੇ ਮੇਰਾ ਵੀ ਵਧੀਆ ਹੀ ਲੰਘ ਜਾਏ. ਉਹ ਮੇਰੀ ਬਾਂਹ ਦਰਦ ਕਰ ਰਹੀ ਆ ਅਤੇ ਮੇਰਾ ਮਨ ਨਹੀਂ ਲੱਗ ਰਿਹਾ. ਮੈਂ ਇੱਧਰ ਫਿਰ ਰਿਹਾ ਇੱਧਰ ਫਿਰ ਰਿਹਾ. ਪੜ੍ਹਾਈ 'ਚ ਵੀ ਮਨ ਨਹੀਂ ਲੱਗ ਰਿਹਾ. ਹੁਣ ਮੈਂ ਪੜ੍ਹੂੰਗਾ. ਨੂਰ ਤਾਂ ਘਰ ਆ ਗਿਆ ਗਾ ਅਤੇ ਹੁਣ ਇੱਥੇ ਵੀ ਚਾਹ ਬਣਾਈ ਆ ਅਤੇ ਮੈਂ ਤਾਂ 4 ਘੰਟੇ ਨੀਂਦ ਲਾ ਲਈ ਆ ਯਾਰ. ਪਤਾ ਕਦੋਂ ਦਾ ਸੁੱਤਾ ਅਤੇ ਯਾਰ ਪੜ੍ਹੇ ਤਾਂ ਆਪਾਂ ਅੱਜ ਹੈ ਨਹੀਂ ਗੇ ਸਵੇਰ ਦੇ. ਅਤੇ ਹੁਣ ਬਸ ਚਾਹ ਵਗੈਰਾ ਪੀਏ. ਥੋੜ੍ਹੇ ਜਿਹੇ ਕੱਪੜੇ ਸਾਂਭਣੇ ਆਪਦੇ ਆਪਦੇ ਕਿਸੇ ਦਿਨ ਨੇ ਸਾਂਭਣੇ ਅਤੇ ਗਰਨੂਰ ਆਪਦੇ ਸਾਂਭੂਗਾ ਅਤੇ ਮੈਂ ਆਪਦੇ ਸਾਂਭੂ. ਅਤੇ ਬਸ ਫਿਰ ਆਪਾਂ ਲੱਗਦੇ ਹਾਂ ਪੜ੍ਹਨ. ਮਤਲਬ ਮੈਂ ਯਾਰ ਪੜ੍ਹਾਂਗੇ. ਕੱਲ੍ਹ ਨੂੰ ਸਾਇੰਸ ਦਾ ਪੇਪਰ ਆ, ਕੁਛ ਤਾਂ ਆਵੇ. ਆ ਰਿਹਾ ਗਰਨੂਰ. ਇਹ ਆਇਆ ਹੁਣ ਘਰ ਰੋਟੀ ਲੈਣ. ਖਾਣਾ ਕਿਆ ਲੈਣ ਲੈਣ ਆਇਆ ਨਾ. ਅਤੇ ਆਪਾਂ ਤਾਂ ਘਰ ਹੀ ਹਾਂ ਹੁਣ. ਤੂੰ ਹੁਣ ਜਾਣਾ ਲੋਕ ਕਾ ਸ਼ੂਟਰ ਹੈ ਮੇਰਾ ਸਕੂਟਰ. ਦੇ ਲੋਕ ਕਾ ਸ਼ੂਟਰ ਹੈ ਮੇਰਾ ਸਕੂਟਰ. ਚਾਦਰ ਵਗੈਰਾ ਤਾਂ ਸੈੱਟ ਕਰਤੀ ਆ ਅਤੇ ਕੱਪੜੇ ਸਾਰੇ ਸੈੱਟ ਕਰਤੇ. ਹੁਣ ਮੈਂ ਲੱਗਦਾ ਪੜ੍ਹਨ. ਸਾਇੰਸ ਦਾ ਪੇਪਰ ਆ ਯਾਰ. ਕੀ ਕੀ ਆਉਂਦਾ ਮੈਨੂੰ ਅਤੇ ਪੜ੍ਹਦੇ ਆ ਯਾਰ. ਹੁਣ ਪੋਬਲੇ ਕਹਿੰਦੇ ਖਾਣ ਨੂੰ ਬਹੁਤ ਟੇਸਟੀ ਆ. ਮਿਰਚ ਵਾਲੇ ਘੱਟ ਆ ਹਾਲਾਂਕਿ, ਬਾਕੀ ਟੇਸਟੀ ਆ ਇਹਦਾ. ਇਹ ਵਾਲੇ ਕਰਾਰੇ ਆ ਜਿਹੜੇ ਹੁਣ ਲਿਆਉਂਦੇ ਆ ਪਹਿਲਾਂ ਸੀਗੇ. ਸ਼ਾਮ ਹੋ ਗਈ ਆ ਗਈ ਅਤੇ 6 ਚੈਪਟਰ ਮੈਨੇ ਰਿਵਾਈਜ਼ ਕਰ ਲਏ ਹੈਗੇ. ਅਤੇ ਦੁੱਧ ਵਾਲੀ ਕੈਟਲੀ ਵੀ ਰੱਖੀ ਆਉਂਦੀ, ਦੁੱਧ ਲੈ ਵੀ ਆਉਂਦਾ. ਅਤੇ ਹੁਣ ਕੋਠੇ ਤੋਂ ਕੱਪੜੇ ਲਾ ਕੇ ਲਿਆਉਂਦੇ ਹਾਂ. ਮੰਮੀ ਕੱਟ ਰਹੇ ਨੇ ਸਬਜ਼ੀ. ਚਲੋ ਫਿਰ ਲਾ ਕੇ ਲੈ ਗਏ. ਮੇਰੇ ਹੱਥ ਦੇ ਵਿੱਚ ਆ ਗਈ ਅਤੇ ਆਪਾਂ ਸਿਮਰਾਂ ਨੂੰ ਦੇ ਕੇ ਆਉਂਦੇ ਹਾਂ. ਐਂ ਕਰਕੇ ਆਵਾਂ ਇਹਨਾਂ ਨੇ ਕੀ ਆ ਹਿਲ ਪੰਚ ਮਾਰ. ਮਾਰ ਲਾ ਲੈ ਕੇ ਆਇਆ ਡੈਡੀ ਤੇ ਗਰਨੂਰ. ਲੈ ਕੇ ਤਾਂ ਡੈਡੀ ਵੀ ਆਇਆ. ਚਲੋ ਖੋਲੋ. ਕਿਹਾ ਤਾਂ ਮੈਂ ਡੈਡੀ ਨੇ ਤਾਂ ਘਰ ਨੂੰ ਗੱਡੀ ਪਾਈ. ਉਸ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ. ਜੇ ਵਧੀਆ ਲੱਗਿਆ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸ਼ੇਅਰ ਕਰ ਦਿਓ ਅਤੇ ਸਬਸਕ੍ਰਾਈਬ ਵੀ ਕਰ ਦਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਾਡੇ ਲੇਟੈਸਟ ਵਲੌਗ ਤੁਹਾਡੇ ਤੱਕ ਪਹੁੰਚਦੇ ਰਹਿਣ. ਅਤੇ ਗਾਈਜ਼, ਆਪਣੇ ਨਾ ਫੋਨ ਦਾ ਨੈੱਟ ਮੁੱਕ ਚੁੱਕਿਆ ਅਤੇ ਜੋ ਕੋਈ ਮਤਲਬ ਪੈਕ ਮੁੱਕ ਗਿਆ, ਕੋਈ ਦਾਨੀ ਸੱਜਣ ਹੋਵੇ ਨਾ ਰਿਚਾਰਜ ਕਰਾ ਦਿਓ. 77 176 483 400 ਨੰਬਰ ਆ, ਨੋਟ ਕਰ ਲਓ. ਕਰ ਦਿਓ ਰਿਚਾਰਜ ਅਤੇ ਨਹੀਂ ਤਾਂ ਕਰਾ ਹੀ ਦੇਣਾ. ਅਤੇ ਵਲੌਗ ਜੀ ਅੱਜ ਦਾ ਇਸ ਕਰਕੇ ਲੇਟ ਆਇਆ ਕਿਉਂਕਿ ਨਾ ਪੈਕ ਮੁੱਕ ਗਿਆ ਸੀਗਾ. ਅਤੇ ਬਸ ਹੁਣ ਕਰਵਾ ਲਿਆਵਾਂਗੇ ਜਾ ਕੇ ਥੋੜ੍ਹੇ ਟਾਈਮ ਨੂੰ, ਬਸ ਫਿਰ ਆਜੂਗਾ. ਅਤੇ ਜਿਹੜੇ ਆਪਣੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਚੈਨਲ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੇ ਲੇਟੈਸਟ ਵਲੌਗ ਤੁਹਾਡੇ ਤੱਕ ਪਹੁੰਚ ਰਹੇ ਹਨ. ਅਤੇ ਗਾਈਜ਼, ਅੱਜ ਦੇ ਵਲੌਗ ਦੇ ਵਿੱਚ ਨਹੀਂ, ਮਿਲਦੇ ਹਾਂ ਫਿਰ ਅਗਲੇ ਵਲੌਗ ਦੇ ਵਿੱਚ.